दोस्तों मैं हम अंगद जिंदल टूडे न्यूज़ दे मकबूल प्रोग्राम खरिया खरिया गल्लां विच तुहाडा स्वागत है। साडे नाल रोजाना वांग जुड़े ने हरिंदर निक्का जी। निक्का जी स्वागत है। निक्का जी किते चोरियां हो रही ने, किते अखां च मिर्चां पा के मन लो लुटिया जा रहा हैगा, किते गड्डियां दे शीशे तोड़े जा रहे है। अमन कानून की स्थिति बाली बेहतर नहीं है बरनाले दी। कल थोक दे विच जिहड़े SHO दे तवाले किए गए ने, कि तुसी समझदे हो कि जिहड़े संदीप गोयल होरां दे समय दी जिहड़ी टीम है, चाहे लखविंदर सिंह हो गए, चाहे अपना गुरतार सिंह होरे हो गए, उन्हां दी बरनाला दे विच वापसी हुई है, उन्हां दे आउण दे नाल जिहड़ा सनैरियो है अमन कानून दा उहदे विच तब्दीली आऊ? मंगत जी देखो, जिहड़ियां घटनावां ने असल दे विच चोरी दीआं घटनावां, दूजीआं घटनावां, आपां कई बार इह मामले ते जदों चर्चा कीती है तां इह साफ है ਵੀ ਪੁਲਿਸ ਦੀ ਜਿਹੜੀ ਕਾਰਜਸ਼ੈਲੀ ਹੈ ਨਾ, ਹਾਂਜੀ, ਉਹ ਜਿਹੜੀ ਐਂ ਮੰਨ ਲਓ ਵੀ ਦੋਸ਼ੀਆਂ ਤੇ ਡਰ ਪਾਉਣ ਵਾਲੀ ਨਹੀਂ, ਜਿਹੜੇ ਮਦਈ ਨੇ ਉਹਨਾਂ ਨੂੰ ਡਰਾਉਣ ਵਾਲੀ ਹੈ। ਠੀਕ ਹੈ ਜੀ। ਐਡਾ ਵੱਡਾ ਮਤਲਬ ਇਸ ਤਰ੍ਹਾਂ ਦਾ ਪੇਸ਼ ਕਰ ਦਿੰਦੇ ਨੇ ਵੀ ਲੋਕਾਂ ਨੂੰ ਇਹ ਲੱਗਣ ਲੱਗਦਾ ਵੀ ਇਧਰਲੇ ਪਾਸੇ ਕਾਰਵਾਈ ਵਾਲੇ ਪਾਸੇ ਚੱਲਿਆ ਨਾ ਜਾਵੇ। ਠੀਕ ਹੈ ਜੀ। ਜਿਹਦੇ ਨਾਲ ਜਿਹੜੇ ਦੋਸ਼ੀ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਨੇ। ਠੀਕ ਹੈ ਜੀ। ਜਿਹੜੀ ਉਹ ਬੇਖੌਫ ਇਹ ਘਟਨਾਵਾਂ ਕਰਦੇ ਆ। ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਜਿਹੜੀ ਸੰਦੀਪ ਗੋਇਲ ਦੀ ਟੀਮ ਸੀ, मतलब मैं ये गल नहीं समझता भी वह संदीप गोयल की टीम से, टीम तो असल दे विच है, तो वह देखो पुलिस की भी टीम है। ठीक है जी। ठीक है, ये ठीक है भी उन्होंने समय के दौरान भी वो रहे ने। ठीक है जी। बहुते अधिकारी उन्होंने जिवें बलजीत सिंह ने CIA दे, हाँ जी, वो इत्थे ही रहे ने। बिल्कुल। ठीक है, मतलब ये कोई टीम की स्थिति नहीं, ये ठीक है भी कावल अफसर ने। ठीक है। कावल अफसर है जिहड़ा वो जिहड़ियां समस्यावां ने उन्होंने जां जिहड़ियां पैदा हुंदियां मतलब हालात ने ਉਹਨਾਂ ਨਾਲ ਚੰਗੀ ਸਖਤੀ ਨਾਲ ਨਜਿੱਠ ਸਕਦੇ ਆ। ਠੀਕ ਹੈ। ਆਪਦੀ ਕਾਰਜਸ਼ਾਲੀ ਜਿਹੜੀ ਵਧੀਆ ਦਿਖਾ ਕੇ, ਠੀਕ ਹੈ, ਉਹ ਇਹਦੇ ਰਿਜ਼ਲਟ ਵਧੀਆ ਆਉਣ ਦੀ ਸੰਭਾਵਨਾ ਤਾਂ ਹੈਗੀ ਹੈ। ਠੀਕ ਹੈ ਜੀ। ਵੀ ਜਿਵੇਂ ਕੋਈ ਵੀ ਘਟਨਾ ਹੁੰਦੀ ਹੈ ਉਹ ਘਟਨਾ ਨੂੰ ਦੇਖੋ ਲੋਕਾਂ ਦੀ ਤਸੱਲੀ ਕਰਾਉਣ ਤੱਕ, ਠੀਕ ਹੈ ਜੀ, ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੋਈ ਹੈ ਨਾ। ਬਿਲਕੁਲ ਬਿਲਕੁਲ। ਹੁਣ ਜਿਹੜੀ ਤੁਸੀਂ ਚੋਰੀ ਦੀ ਗੱਲ ਕਰਦੇ ਹੋ, ਆ ਜਿਹੜੀ ਟ੍ਰਾਈਡੈਂਟ ਫੈਕਟਰੀ ਦੇ ਕੋਲੇ ਘਟਨਾ ਹੋਈ ਹੈ, ਹੁਣ ਉਹਦੀਆਂ ਆਪਣੇ ਜਿਵੇਂ ਰਿਪੋਰਟਰ ਉੱਥੇ ਗਏ ਸੀ ਰੁਬੀਰ ਸਿੰਘ ਜੀ, ਅਤੇ ਉਹਨਾਂ ਦਾ ਐਂ ਵੀ ਕੁਛ ਉੱਥੇ ਫੋਟੋਆਂ ਵਗੈਰਾ ਕੋਈ ਸਾਫ਼ ਨਹੀਂ ਆਈਆਂ। ਇੱਥੇ ਲੋਕਾਂ ਨੂੰ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਜਿਹੜੇ ਜਿਵੇਂ CCTV ਕੈਮਰੇ ਨੇ, ਹਾਂਜੀ, ਇਹ ਤੁਹਾਡੇ ਯਾਦ ਹੋਣਾ ਵੀ ਇਹ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਮੈਂਬਰ ਪਾਰਲੀਮੈਂਟ ਸੀ, ਹਾਂਜੀ, ਉਹਨਾਂ ਦੇ ਕੋਟੇ ਦੇ ਵਿੱਚੋਂ ਸ਼ਹਿਰ ਦੇ ਵਿੱਚ CCTV ਕੈਮਰੇ ਲਾਏ ਗਏ ਸੀ। ਠੀਕ ਹੈ ਜੀ। ਹੁਣ ਕੁਆਲਿਟੀ ਵੀ ਉਹਨਾਂ ਦੀ ਵਧੀਆ ਸੀ, ਹਾਂਜੀ ਹਾਂ, ਪਰ ਅੱਜ ਕੱਲ੍ਹ ਬਹੁਤੀਆਂ ਥਾਵਾਂ 'ਤੇ ਉਹ ਜਿਹੜੇ ਕੈਮਰੇ ਨੇ ਉਹ ਖਰਾਬ ਹੋਏ ਪਏ ਨੇ। ਠੀਕ ਹੈ। ਹੁਣ ਤਾਂ ਉਹ ਮੁੱਖ ਮੰਤਰੀ ਵੀ ਨੇ, ਠੀਕ ਹੈ ਜੀ, ਉਹਨਾਂ ਦਾ ਵਜ਼ੀਰ ਵੀ ਇੱਥੋਂ ਦਾ, ਹਾਂਜੀ ਹਾਂਜੀ, ਤੇ ਮਤਲਬ ਮੈਨੂੰ ਲੱਗਦਾ ਵੀ ਇਹ ਬਹੁਤੇ ਜਿਵੇਂ ਇਰਾਨ ਨੇ ਜਾਂ ਹੋਰ ਨੇ, ਉਹਨਾਂ ਦੀ ਬਜਾਏ ਜਿਹੜਾ ਸਹੀ ਤਰੀਕਾ ਹੈ ਉਹ ਦੇਖੋ, ਮਨਸ਼ਾ ਮਾਨ ਸਾਹਿਬ ਦੀ ਬਿਲਕੁਲ ਠੀਕ ਸੀ ਉਦੋਂ, ਇਕੱਲੇ ਉਹਨਾਂ ਨੇ ਬਰਨਾਲਾ ਨਹੀਂ, ਹਾਂਜੀ, ਵੀ ਉਹਨਾਂ ਨੇ ਵੱਖ ਵੱਖ ਥਾਵਾਂ 'ਤੇ CCTV ਕੈਮਰੇ ਲਾਏ ਸੀ ਤਾਂ ਕਿ ਜਿਹੜੀਆਂ ਹੁੰਦੀਆਂ ਵਾਰਦਾਤਾਂ ਨੇ, ਕਿਉਂ ਦੇਖੋ ਵਾਰਦਾਤਾਂ ਇੱਕ ਤਾਂ ਉਹਨਾਂ 'ਤੇ ਡਰ ਪੈ ਜਾਂਦਾ ਵੀ ਅਸੀਂ CCTV ਕੈਮਰੇ ਦੀ ਅੱਖ ਥੱਲੇ, ਹਾਂਜੀ ਹਾਂਜੀ, ਠੀਕ ਹੈ, ਵੀ ਇੱਕ ਤਾਂ ਦੋਸ਼ੀਆਂ ਦੇ ਮਨਾਂ 'ਚ ਡਰ ਰਹਿੰਦਾ, ਬਿਲਕੁਲ, ਤਾਂ ਵੀ ਉਹ ਘਟਨਾ ਨੂੰ ਅੰਜਾਮ ਦੇਣ ਤੋਂ ਰੁਕਦੇ। ਦੂਜਾ, ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ, ਚਾਹੇ ਚੋਰੀ ਦੀ ਹੈ, ਚਾਹੇ ਲੜਾਈ ਝਗੜੇ ਦੀ ਹੈ, ਜਿਹੜੀ ਮਰਜ਼ੀ ਕਿਉਂ ਨਾ ਹੋਵੇ, ਠੀਕ ਹੈ, ਤਾਂ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਫੜੇ ਜਾਵਾਂ, ਹਾਂਜੀ ਹਾਂਜੀ, ਵੀ ਇਹ ਗੱਲ ਦਾ ਡਰ ਹੈ ਜਿਹੜਾ। ਹੁਣ ਮੈਨੂੰ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਉਹ ਕੈਮਰੇ ਤਾਂ ਲਾਉਣੇ ਸੀ, ਹੁਣ ਮਾਨ ਸਾਹਿਬ ਨੇ, ਠੀਕ ਹੈ ਜੀ, ਉਹ ਲਵਾਤੇ ਉਹਨਾਂ ਨੇ, ਹਾਂਜੀ, ਪਰ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਸੀ ਉਹ ਤਾਂ ਨਹੀਂ ਸੀ ਭਗਵੰਤ ਸਿੰਘ ਮਾਨ ਨੇ ਕਰਨੀ। ਬਿਲਕੁਲ ਬਿਲਕੁਲ। ਉਹ ਤਾਂ ਇੱਥੋਂ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੇ CCTV ਬਹੁਤੇ ਖਰਾਬ ਨੇ, ਹਾਂਜੀ ਹਾਂਜੀ, ਅਤੇ ਸਰਵਜਨਕ ਥਾਵਾਂ 'ਤੇ ਲਾਏ ਹੋਏ ਨੇ, ਉਹਨਾਂ ਬੰਨੀ ਧਿਆਨ ਦੇਣ। ਅਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਹੋਰ ਥਾਵਾਂ ਰਹਿੰਦੀਆਂ ਨੇ, ਹਾਂਜੀ, ਵੀ ਇਹ ਤਾਂ ਵੀ ਪੂਰੇ ਸ਼ਹਿਰ ਦੇ ਵਿੱਚ ਉਦੋਂ ਲੱਗ ਗਏ ਸੀ, ਹਾਂਜੀ, ਜਿਹੜੇ ਮਤਲਬ ਇੱਕ ਤਰ੍ਹਾਂ ਦਾ ਵੀ ਬਹੁਤੇ ਜਿਹੜੇ ਥਾਵਾਂ ਨੇ ਜਿੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਉਹਦੀ ਚੋਣ ਕੀਤੀ ਜਾ ਸਕਦੀ ਹੈ, ਹਾਂਜੀ, ਵੀ ਉਧਰਲੇ ਪਾਸੇ ਜਾਂ ਐਂ ਲੱਗਦਾ ਵੀ ਇਹਨਾਂ ਆਹ ਇੱਕ ਉਹਨਾਂ ਦੇ ਐਂਟਰੀ ਪੁਆਇੰਟ ਨੇ ਉਹਨਾਂ ਲੋਕਾਂ ਦੇ, ਹਾਂਜੀ, ਵੀ ਹਰ ਥਾਂ 'ਤੇ ਉੱਥੇ ਕੈਮਰਿਆਂ ਦੀ ਗਿਣਤੀ CCTV ਲਾਏ ਵੀ ਜਾ ਸਕਦੇ ਨੇ। ਠੀਕ ਹੈ ਜੀ। ਵੀ ਜਿੱਥੇ ਅਧਿਕਾਰੀਆਂ ਦਾ ਕੰਮ ਹੈ ਫਿਰ ਉਹਦੇ ਨਾਲ ਸੌਖਾ ਹੋ ਜਾਂਦਾ, ਹਾਂਜੀ ਹਾਂ, ਹੁਣ ਦੇਖੋ ਕੋਈ ਵੀ ਅਧਿਕਾਰੀ ਹੈ, ਚਾਹੇ ਆਪਾਂ ਕਿਸੇ ਜਿਹੜੇ ਹੁਣ ਨਵੇਂ ਲਾਏ ਨੇ ਉਹਨਾਂ ਦੀ ਗੱਲ ਕਰੀਏ ਜਾਂ ਪੁਰਾਣਿਆਂ ਦੀ, ਕੋਈ ਇਹਨਾਂ 'ਚੋਂ ਔਲੀਆ ਤਾਂ ਹੈ ਨਹੀਂ, ਹਾਂਜੀ ਹਾਂਜੀ, ਜਿਹੜਾ ਬੁੱਝ ਲੂ ਜੇ ਸਪੋਜ਼ ਕਰ ਲਓ ਕਿਸੇ ਥਾਂ 'ਤੇ ਘਟਨਾ ਵਾਪਰ ਗਈ, ਠੀਕ ਹੈ, ਜੇ ਘਟਨਾ ਵਾਪਰਨ ਵਾਲੇ ਜਿਹਦੇ ਵਾਪਰ ਗਈ ਉਹਨਾਂ ਨੂੰ ਨਹੀਂ ਪਤਾ ਲੱਗਦਾ ਤਾਂ ਪੁਲਿਸ ਕੋਈ ਆਪਣੇ ਪੱਧਰ 'ਤੇ ਤਾਂ ਨਹੀਂ ਉਹ ਲੱਭ ਸਕਦੀ। ਬਿਲਕੁਲ ਬਿਲਕੁਲ। ਵੀ ਉਹਦੇ ਲਈ ਉਹਨਾਂ ਕੋਲ ਕੋਈ ਨਾ ਕੋਈ ਕਲੂ ਮਿਲਣਾ ਜ਼ਰੂਰੀ ਹੁੰਦਾ, ਹਾਂਜੀ, ਇੱਕ ਤਾਂ ਚਾਹੀਦਾ ਵੀ ਲੋਕ ਨੇ ਜਿਹੜੀ ਇਹਦੀ ਇਨਫੋਰਮੇਸ਼ਨ ਹੈ ਉਹ ਬਿਨਾਂ ਝਿਜਕ ਪੁਲਿਸ ਕੋਲ ਦਿਆ ਵੀ ਕਰਨ, ਠੀਕ ਹੈ ਜੀ, ਤੇ ਕ੍ਰਾਈਮ ਤੇ ਤਾਂ ਹੀ ਹੋਊਗਾ, ਹੁਣ ਜੇ ਘਰੋ ਘਰੀ ਕਿਸੇ ਦੇ ਕ੍ਰਾਈਮ ਹੋ ਗਿਆ ਉਹਨੂੰ ਪੁਲਿਸ ਕੋਲੇ ਦਰਜ ਹੀ ਨਹੀਂ ਕੀਤਾ ਜਾਂਦਾ, ਜਾਨੀ ਪੁਲਿਸ ਦੀ ਜਵਾਬਦੇਹੀ ਨਹੀਂ ਬਣਾਈ ਜਾਂਦੀ, ਹਾਂਜੀ, ਉਨੀ ਦੇਰ ਤੱਕ ਤਾਂ ਉਹਦਾ ਹੱਲ ਕੋਈ ਨਹੀਂ ਹੁੰਦਾ। ਬਿਲਕੁਲ, ਜਿਵੇਂ ਕਹਿੰਦੇ ਨਾ ਵੀ ਜੇ ਕਬੂਤਰ ਹੈ ਉਹ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਲੈਂਦਾ, ਹਾਂਜੀ ਹਾਂਜੀ, ਹੁਣ ਜਿਹੜਾ ਬਿੱਲੀ ਦਾ ਖਤਰਾ ਹੈ ਉਹ ਕਬੂਤਰ ਦੇ ਅੱਖਾਂ ਵਿੱਚ ਨਾ ਉਹ ਟਲਦਾ ਨਹੀਂ, ਵੀ ਉਹਨੇ ਤਾਂ ਉਹਦੀ ਧੌਣ ਮਰੋੜ ਹੀ ਲੈਣੀ ਹੈ, ਉਹੀ ਕ੍ਰਿਮੀਨਲ ਲੋਕਾਂ ਦਾ ਕੰਮ ਹੈ, ਹਾਂਜੀ, ਵੀ ਜੇ ਲੋਕ ਕ੍ਰਾਈਮ ਦੇ ਬਾਰੇ ਚੁੱਪ ਕਰਦੇ ਰਹਿਣਗੇ
ਤੇ ਜਿਹੜੀ ਪੁਲਿਸ ਹੈ ਉਹ ਕ੍ਰਿਮੀਨਲ ਲੋਕਾਂ ਤੋਂ ਹੱਥ ਪਿੱਛੇ ਰੱਖਦੀ ਰਹੂ ਫੜਨ ਦੀ ਬਜਾਏ ਤਾਂ ਫਿਰ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਇਹ ਆਉਣ ਵਾਲੇ ਦਿਨ ਨੇ ਜਿਹੜੇ ਇਹ ਤੈਅ ਕਰਨਗੇ ਵੀ ਜਿਹੜੇ ਨਵੇਂ ਤਬਾਦਲੇ ਹੋਏ ਨੇ ਉਹਨਾਂ ਤਬਾਦਲਿਆਂ ਨਾਲ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਇਲਾਕਿਆਂ 'ਚ ਕਿਸ ਤਰ੍ਹਾਂ ਦੀ ਹੈ ਇਹ ਮਤਲਬ ਕਿ ਤਾਂ ਹਰ ਦਿਨ ਇਮਤਿਹਾਨ ਹੈ ਬਿਲਕੁਲ ਬਿਲਕੁਲ ਨਿੱਕਾ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਸੀ ਸੀ ਟੀ ਵੀ ਕੈਮਰਿਆਂ ਦੀ ਕਿ ਤੁਸੀਂ ਟੂਡੇ ਨਿਊਜ਼ ਦੇ ਮਾਧਿਅਮ ਨਾਲ ਇਹ ਸੰਦੇਸ਼ ਨਹੀਂ ਦੇਣਾ ਚਾਹੋਗੇ ਕਿ ਬਹੁਤ ਸਾਰੇ ਲੋਕ ਜਿਹੜੇ ਦੁਕਾਨਦਾਰ ਨੇ ਆਪਣੇ ਗੱਲਿਆਂ ਦੇ ਵਿੱਚ ਨਗਦੀ ਰੱਖ ਜਾਂਦੇ ਨੇ ਤਾਂ ਕਹਿਣ ਦਾ ਮਤਲਬ ਕੀ ਹੈ ਨਗਦੀ ਆਪਣੇ ਘਰ ਲੈ ਕੇ ਜਾਣੀ ਚਾਹੀਦੀ ਹੈ ਤਾਂ ਜਿਹੜੇ ਚੋਰ ਹੈ ਉਹਨਾਂ ਦੀ ਪਹਿਲੀ ਨਜ਼ਰ ਨਗਦੀ ਦੇ ਉੱਤੇ ਹੁੰਦੀ ਹੈ ਨਗਦੀ ਦੇ ਉੱਤੇ ਆਉਂਦੇ ਆਉਂਦੇ ਚੀਜ਼ਾਂ ਹੋਰ ਵੀ ਲੈ ਜਾਂਦੇ ਨੇ ਨਿਕਲ ਜੀ ਮੰਗਤ ਜੀ ਜੇ ਤਾਂ ਚੋਰੀਆਂ ਇਕੱਲੀਆਂ ਦੁਕਾਨਾਂ 'ਚ ਹੁੰਦੀਆਂ ਹੋਣ ਹਾਂਜੀ ਫਿਰ ਤਾਂ ਆਪਾਂ ਇਹ ਕਰ ਸਕਦੇ ਹਾਂ ਗੱਲ ਵੀ ਭਾਈ ਦੁਕਾਨ ਦੇ ਵਿੱਚ ਕੈਸ਼ ਨਾ ਰੱਖਿਆ ਠੀਕ ਹੈ ਜੀ ਚੋਰੀ ਦਾ ਘਰਾਂ 'ਚ ਵੀ ਹੋਈ ਜਾਂਦੀ ਹੈ ਠੀਕ ਹੈ ਜੀ ਜਾਣੀ ਅਸਲ ਕੀ ਹੈ ਮੈਨੂੰ ਐਂ ਲੱਗਦਾ ਵੀ ਲੋਕਾਂ ਨੂੰ ਜਿਹੜਾ ਸੀ ਸੀ ਟੀ ਵੀ ਕੈਮਰਾ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਇੱਕ ਆਧੁਨਿਕ ਯੰਤਰ ਹੈ ਠੀਕ ਹੈ ਜੀ ਐਂ ਮੰਨ ਲਓ ਸਿਕਿਉਰਿਟੀ ਵਾਲੇ ਤੋਂ ਵੱਧ ਕੰਮ ਕਰਦਾ ਬਿਲਕੁਲ ਬਿਲਕੁਲ ਜਾਣੀ ਵਫਾਦਾਰੀ ਹੈ ਜਿਹੜੀ ਸੀ ਸੀ ਟੀ ਵੀ ਕੈਮਰੇ ਦੀ ਜ਼ਿਆਦਾ ਹੈ ਹਾਂਜੀ ਵੀ ਚੰਗੀ ਕੁਆਲਿਟੀ ਦੇ ਜਿਹੜੇ ਕੈਮਰੇ ਨੇ ਲੋਕਾਂ ਨੂੰ ਗਲੀਆਂ 'ਚ ਮੁਹੱਲਿਆਂ 'ਚ ਦੁਕਾਨਾਂ 'ਤੇ ਤਾਂ ਜ਼ਿਆਦਾ ਹੈਗੇ ਨੇ ਮਤਲਬ ਸੀ ਸੀ ਟੀ ਵੀ ਕੈਮਰੇ ਨੇ ਜਿਹੜੇ ਉਹ ਇਹਦਾ ਵਧੀਆ ਹੱਲ ਹੈ ਇਹ ਮਾਨ ਸਾਹਿਬ ਨੇ ਉਦੋਂ ਜਿਹੜਾ ਤਜਰਬਾ ਕੀਤਾ ਹੈ ਉਹਨਾਂ ਨਾਲ ਘਟਨਾਵਾਂ 'ਤੇ ਰੋਕ ਲੱਗੀ ਸੀ ਠੀਕ ਹੈ ਜੀ ਆਪਾਂ ਆਮ ਦੇਖਦੇ ਹਾਂ ਹੁਣ ਬਹੁਤੀਆਂ ਦੁਕਾਨਾਂ 'ਤੇ ਜੇ ਆਪਾਂ ਜਿਹੜੇ ਵੱਡੇ ਮਾਲ ਨੇ ਬਿਲਕੁਲ ਉੱਥੇ ਮੰਨ ਲਓ ਹਰ ਥਾਂ 'ਤੇ ਬੰਦਾ ਨਹੀਂ ਖੜਾ ਹਾਂਜੀ ਹਾਂ ਠੀਕ ਹੈ ਉਹ ਸੇਲਜ਼ਮੈਨ ਤਾਂ ਇੱਕ ਸਾਈਡ 'ਤੇ ਬੈਠਾ ਲੋਕ ਆਪਦੀ ਮਰਜ਼ੀ ਨਾਲ ਸਮਾਨ ਲੈਂਦੇ ਨੇ ਚੱਕ ਕੇ ਕੋਈ ਚੀਜ਼ ਨਹੀਂ ਚੱਕਦਾ ਠੀਕ ਹੈ ਕਿਉਂ ਦਾ ਕਾਰਨ ਇਹ ਹੈ ਸਿਰਫ ਵੀ ਭਾਵੇਂ ਉੱਥੇ ਬੰਦਾ ਨਾ ਹੋਵੇ ਹਰ ਇੱਕ ਬੰਦੇ ਨੂੰ ਪਤਾ ਜਿਹੜੀ ਤੀਜੀ ਅੱਖ ਹੈ ਕੈਮਰਾ ਹਾਂਜੀ ਵੀ ਇੱਥੇ ਲੱਗਿਆ ਹੋਇਆ ਵੀ ਫੜੇ ਜਾਵਾਂਗੇ ਠੀਕ ਹੈ ਜਿਹੜੀ ਜਿਹੜੇ ਕ੍ਰਿਮੀਨਲ ਲੋਕ ਹੈ ਉਹਨਾਂ ਦੇ ਮਨ ਦੇ ਵਿੱਚ ਇਹੀ ਡਰ ਰਹਿਣਾ ਚਾਹੀਦਾ ਹਾਂਜੀ ਵੀ ਅਸੀਂ ਫੜੇ ਜਾਵਾਂਗੇ ਜੇ ਫੜੇ ਜਾਣ ਦਾ ਡਰ ਹੋਵੇ ਤਾਂ ਕ੍ਰਾਈਮ ਕਰਦੇ ਹੀ ਨਹੀਂ ਬਿਲਕੁਲ ਬਿਲਕੁਲ ਅਤੇ ਕਿਤੇ ਨਾ ਕਿਤੇ ਰਾਤ ਦੀ ਜਿਹੜੀ ਗਸ਼ਤ ਹੈ ਉਹਨੀ ਵਧਾਈ ਜਾਣੀ ਚਾਹੀਦੀ ਨਹੀਂ ਬਿਲਕੁਲ ਗਸ਼ਤ ਹੈ ਜਿਹੜੀ ਦੇਖੋ ਜਿਹੜਾ ਤਾਂ ਕੰਮ ਪੁਲਿਸ ਦੇ ਐਂਡ 'ਤੇ ਹੋਣ ਵਾਲਾ ਹਾਂਜੀ ਵੀ ਪੁਲਿਸ ਕਰ ਸਕਦੀ ਹੈ ਉਹ ਤਾਂ ਕਰਿਆ ਜਾ ਸਕਦਾ ਹੁਣ ਜਿਵੇਂ ਆਪਣੇ ਜੇ ਪੁਲਿਸ ਦੀ ਆਪਾਂ ਹਰ ਗੱਲ ਪੁਲਿਸ 'ਤੇ ਛੱਡੀਏ ਹਾਂਜੀ ਹਾਂਜੀ ਤਾਂ ਸਥਿਤੀ ਇਹ ਬਣ ਜਾਂਦੀ ਹੈ ਵੀ ਹੁਣ ਇੱਥੇ ਮੈਨੂੰ ਲੱਗਦਾ ਵੀ ਸ਼ਾਇਦ ਟੋਟਲ 1000 ਤੋਂ ਲੈ ਕੇ 1100-1200 ਤੱਕ ਇੱਥੇ ਪੁਲਿਸ ਮੁਲਾਜ਼ਮ ਹੈ ਠੀਕ ਹੈ ਜੀ ਜਿਹੜੀ ਆਬਾਦੀ ਹੈ ਉਹ ਲੱਖਾਂ ਦੀ ਹੈ ਠੀਕ ਹੈ ਜੀ ਹਰ ਥਾਂ 'ਤੇ ਪੁਲਿਸ ਨਹੀਂ ਤਾਇਨਾਤ ਕੀਤੀ ਜਾ ਸਕਦੀ ਠੀਕ ਹੈ ਗਸ਼ਤ ਵਧਾਈ ਜਾ ਸਕਦੀ ਹੈ ਠੀਕ ਹੈ ਜੀ ਠੀਕ ਹੈ ਗਸ਼ਤ ਵਧਾਉਣ ਦੇ ਨਾਲ ਜਿਹੜੇ ਕ੍ਰਿਮੀਨਲ ਲੋਕ ਹੈ ਹੁਣ ਇੰਨੀ ਫੋਰਸ ਤਾਂ ਹੈ ਨਹੀਂ ਵੀ ਸਾਰੇ ਸ਼ਹਿਰ 'ਚ ਰਾਤ ਨੂੰ ਦਿਨੇ ਬਿਲਕੁਲ ਉਹ ਗਸ਼ਤ ਕਰਦੀ ਰਹੇ ਠੀਕ ਹੈ ਜੀ ਵੀ ਇਹ ਵੀ ਸਮਝ ਨਹੀਂ ਪਰ ਇਹ ਆ ਵੀ ਗਸ਼ਤ ਦਾ ਅਸਰ ਵਧਾਉਣ ਦਾ ਜ਼ਰੂਰ ਪੈਂਦਾ ਵੀ ਜਿਹੜੇ ਕ੍ਰਿਮੀਨਲ ਲੋਕ ਹੈ ਉਹਨਾਂ ਜਦੋਂ ਹੂਟਰ ਮਾਰ ਕੇ ਲੰਘਦੇ ਹੈ ਠੀਕ ਹੈ ਜੀ ਤਾਂ ਉਹਨਾਂ 'ਚ ਡਰ ਬਣਿਆ ਰਹਿੰਦਾ ਠੀਕ ਹੈ ਜੀ ਨਿੱਕਾ ਜੀ ਕੱਲ੍ਹ ਬੜਾ ਹੀ ਦਰਦਨਾਕ ਹਾਦਸਾ ਹੋਇਆ ਸੀਗਾ ਜਿਸ ਦੇ ਵਿੱਚ PRTC ਦੀ ਬੱਸ ਨੇ ਦੋ ਜਿਹੜੇ ਹੰਡਿਆਇਆ ਦੇ ਵਸਨੀਕ ਸੀਗੇ ਉਹ ਕੁਚਲ ਦਿੱਤੇ ਸੀ ਉਹਨਾਂ ਦੀ ਦੋਵਾਂ ਦੀ ਡੈਥ ਹੋ ਗਈ ਸੀ ਮੌਕੇ 'ਤੇ ਅਤੇ ਅੱਜ ਉਵੇਂ ਉਹਨਾਂ ਦੋਵੇਂ ਮੌਤਾਂ ਨੂੰ ਲੈ ਕੇ ਬਰਨਾਲਾ ਦੇ ਸਿਵਲ ਹੋਸਪਿਟਲ ਵਿਖੇ ਧਰਨਾ ਦਿੱਤਾ ਗਿਆ ਅਤੇ ਉਹਨਾਂ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਮੰਗਤ ਜੀ ਦੇਖੋ ਗੱਲ ਕਿਸੇ ਵੀ ਪਰਿਵਾਰ ਦਾ ਜੇ ਆਪਾਂ ਦੇਖੀਏ ਕਿਸੇ ਜੀਅ ਦਾ ਚਲਿਆ ਜਾਣਾ ਹਾਂਜੀ ਉਹ ਦੁੱਖਦਾਈ ਤਾਂ ਹੁੰਦਾ ਹੀ ਹੈ ਬਿਲਕੁਲ ਬਿਲਕੁਲ ਜਾਣੀ ਇੱਕ ਜਿਹੜਾ ਰੋਣਾ ਹੈ ਇੱਕ ਤਾਂ ਹੁੰਦਾ ਵੀ ਆਮ ਲੋਕ ਜਦੋਂ ਇੱਕ ਦੂਜੇ ਦੇ ਆਪਾਂ ਦੁੱਖ ਮਨਾਉਣ ਲਈ ਜਾਂਦੇ ਹਾਂ ਠੀਕ ਹੈ ਤਾਂ ਅੱਖਾਂ ਨਮ ਹੋ ਜਾਂਦੀਆਂ ਠੀਕ ਹੈ ਉਹਨਾਂ ਦੀਆਂ ਅੱਖਾਂ ਨਮ ਤਾਂ ਕੁਛ ਦਿਨਾਂ ਲਈ ਹੁੰਦੀਆਂ ਜਿੰਨਾ ਕੁ ਆਪਣਾ ਰਿਸ਼ਤਾ ਹੈ ਉਨਾ ਕੁ ਬੰਦੇ 'ਤੇ ਉਹਦਾ ਅਸਰ ਪੈਂਦਾ ਬਿਲਕੁਲ ਹੁਣ ਜਿਹੜੇ ਉਹਨਾਂ ਦੇ ਆਸਰਿਤ ਪਰਿਵਾਰ ਨੇ ਹੁਣ ਛੋਟੇ ਛੋਟੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਤਾਂ ਸਾਰੀ ਉਮਰ ਦਾ ਰੋਣਾ ਪੱਲੇ ਪੈ ਜਾਂਦਾ ਬਿਲਕੁਲ ਬਿਲਕੁਲ ਹੁਣ ਇਹ ਜਿਹੜੇ ਪਰਿਵਾਰ ਨੇ ਇਹ ਦੋਨੇ ਪਰਿਵਾਰ ਗਰੀਬ ਪਰਿਵਾਰ ਸੀ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਸੀ ਠੀਕ ਹੈ ਜੀ ਹੁਣ ਲੋਕਾਂ ਦੇ ਵਿੱਚ ਇਹ ਹੋ ਗਿਆ ਜਾਣੀ ਸਭ ਤੋਂ ਵੱਡੀ ਸਮੱਸਿਆ ਜਾਣੀ ਜਿਹੜਿਆਂ ਦੀ ਤਾਂ ਮੌਤ ਹੋਣੀ ਸੀ ਹਾਂਜੀ ਉਹ ਤਾਂ ਐਂ ਮੰਨ ਲਏ ਜਹਾਨ ਤੋਂ ਚਲੇ ਗਏ ਬਿਲਕੁਲ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਤਾਂ ਇੱਥੇ ਬੈਠਾ ਹਾਂਜੀ ਹੁਣ ਉਹਨਾਂ ਦੇ ਪਾਲਣ ਪੋਸ਼ਣ ਦੀ ਜਿਹੜੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਅਤੇ ਉਹਦਾ ਬਹੁਤ ਵੱਡਾ ਖਤਰਾ ਵੀ ਉਹ ਫਿਰ ਕਿਹਦੇ ਸਿਰ ਪੈਣਗੇ ਉਹ ਠੀਕ ਹੈ ਜੀ ਹੁਣ ਤਾਂ ਕਰਕੇ ਜਿਹੜੇ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇਨਕਲਾਬੀ ਕੇਂਦਰ ਹੈ ਹੋਰ ਮਤਲਬ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਆਪਣੇ ਕਾਂਗਰਸ ਪਾਰਟੀ ਵੱਲੋਂ ਵੀ ਕੁਛ ਆਗੂ ਉਹ ਅੱਜ ਉਹ ਪਰਿਵਾਰਾਂ ਨਾਲ ਉੱਥੇ ਹਸਪਤਾਲ ਪਹੁੰਚੇ ਜਦੋਂ ਪਰਿਵਾਰਾਂ ਦੀ ਹਾਲਤ ਬਾਰੇ ਪਤਾ ਲੱਗਦਾ ਤਾਂ ਹਰ ਬੰਦੇ ਦਾ ਜਿਹੜਾ ਹਿਰਦਾ ਉਹ ਬਲੂੰਦਰਿਆ ਜਾਂਦਾ ਵੀ ਜਿਹੜੀ ਉਹਨਾਂ ਦੇ ਪਰਿਵਾਰ ਦੀ ਇੱਦੋਂ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਿਹੜੀ ਹਾਲਤ ਹੈ ਜਾਣੀ ਐਂ ਮੰਨ ਲਓ ਉਹ ਇੱਥੋਂ ਚਲੇ ਗਏ ਉਹਨਾਂ ਦੀ ਮੌਤ ਹੋ ਗਈ ਪਰ ਜਿਹੜੇ ਪਰਿਵਾਰ ਹੈ ਜਦੋਂ ਉਹਨਾਂ ਦੇ ਜਿਉਣਾ ਜਿਉਣ ਜੋਗੀਆਂ ਹਾਲਤਾਂ ਤਾਂ ਰਹਿਣ ਬਿਲਕੁਲ ਬਿਲਕੁਲ ਇਸ ਕਰਕੇ ਡਿਮਾਂਡ ਹੈ ਜਿਹੜੀ ਉਹ ਮਤਲਬ ਭਾਰੂ ਪੈ ਗਈ ਠੀਕ ਹੈ ਲੋਕਾਂ ਨੇ ਇਹ ਡਿਮਾਂਡ ਰੱਖਤੀ ਵੀ ਜਿਹੜੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਇੱਕ ਤਾਂ ਫੌਰੀ ਤੌਰ 'ਤੇ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਜੀ ਉਹਨਾਂ ਨੇ 5-5 ਲੱਖ ਰੁਪਈਏ ਦੇ ਮੁਆਵਜ਼ੇ ਦੀ ਗੱਲ ਕੀਤੀ ਹੈ ਤਾਂ ਕਿ ਜਿਹੜਾ ਪਰਿਵਾਰ ਹੈ ਦੇਖੋ ਜਿਹੜਾ ਪੈਸੇ ਨਾਲ ਭਾਵੇਂ ਪਰਿਵਾਰ ਦਾ ਗਿਆ ਹੋਇਆ ਜੀ ਹੈ ਉਹ ਵਾਪਸ ਤਾਂ ਨਹੀਂ ਆਉਂਦਾ ਠੀਕ ਹੈ ਜੀ ਵੀ ਪੈਸਾ ਜ਼ਿੰਦਗੀ ਦੀ ਲੋੜ ਹੈਗਾ ਠੀਕ ਹੈ ਜੀ ਹੁਣ ਉਹਦੇ ਨਾਲ ਦੁੱਖ ਘਟਦਾ ਜਾਂਦਾ
ਮੈਨੂੰ ਲੱਗਦਾ ਵੀ ਉਹ ਇਸ ਕਰਕੇ ਹੋਰ ਜ਼ਿਆਦਾ ਭਾਰੂ ਪੈਗੀ। ਠੀਕ ਹੈ ਵੀ ਜਿਹੜਾ ਹਾਦਸਾ ਹੋਇਆ ਉਹ ਕਿਸੇ ਪ੍ਰਾਈਵੇਟ ਵਹੀਕਲ ਨਾਲ ਨਹੀਂ ਹੋਇਆ। ਠੀਕ ਹੈ ਜੀ। ਉਹ ਸਰਕਾਰੀ PRTC ਦੀ ਬੱਸ ਹੈ। ਠੀਕ ਹੈ ਜੀ। ਤੇ ਹੁਣ PRTC ਦੀ ਬੱਸ ਨੇ ਦੋ ਬੰਦਿਆਂ ਦੀ ਜਾਨ ਲੈ ਲਈ, ਜਾਨੀ ਐ ਮੰਨ ਲਓ ਉਹਨਾਂ ਪਰਿਵਾਰਾਂ ਦੇ ਵਿੱਚ 70 ਵਿਛ ਗਏ। ਠੀਕ ਹੈ। ਰੋਟੀ ਲਈ ਉਹਨਾਂ ਦੇ ਲਾਲੇ ਪੈ ਗਏ, ਮਗਰਲੇ ਪਰਿਵਾਰ ਦਾ ਹਾਲਤ ਕੀ ਹੋਊਗੀ, ਜਾਨੀ ਮਰਨ ਵਰਗੀ ਹਾਲਤ ਦੇ ਵਿੱਚ ਮਗਰਲਿਆਂ ਨੂੰ ਵੀ ਭੇਜਤਾ। ਬਿਲਕੁਲ ਬਿਲਕੁਲ। ਤਾਂ ਕਰਕੇ ਇਹ ਲੱਗਦਾ ਵੀ ਜਿਹੜਾ ਸਰਕਾਰ ਤੋਂ ਮੁਆਵਜ਼ਾ ਮੰਗ ਰਹੇ ਨੇ ਉਹ ਬਿਲਕੁਲ ਜ਼ਰੂਰੀ ਹੈ। ਠੀਕ ਹੈ। ਵੀ ਮੁਆਵਜ਼ਾ ਸਰਕਾਰ ਨੂੰ 5-5 ਲੱਖ ਰੁਪਈਆ ਉਹਨਾਂ ਦੇ ਪਰਿਵਾਰਾਂ ਨੂੰ ਦੇਣਾ ਚਾਹੀਦਾ। ਠੀਕ ਹੈ। ਇੱਕ ਉਹਨਾਂ ਦੀ ਡਿਮਾਂਡ ਹੈ ਵੀ ਦੇਖੋ ਮੁਆਵਜ਼ੇ ਨਾਲ ਇਕੱਲਾ ਇਹ ਤਾਂ ਨਹੀਂ ਮੁਆਵਜ਼ੇ ਨਾਲ ਹੱਲ ਹੋ ਜਾਣਾ। ਹਾਂਜੀ। ਫਿਰ ਉਹਨਾਂ ਨੇ ਇੱਕ ਡਿਮਾਂਡ ਉਹ ਵੀ ਪਰਿਵਾਰ ਦੀ ਜਿਹੜੀ ਹਾਲਤ ਹੈ ਪਿਛਲੇ ਪਰਿਵਾਰ ਦੀ ਉਹਨੂੰ ਦੇਖ ਕੇ ਉਹਨਾਂ ਨੇ ਡਿਮਾਂਡ ਕੀਤੀ ਵੀ ਪਰਿਵਾਰ ਦੇ ਇੱਕ ਇੱਕ ਜੀਅ ਨੂੰ, ਦੋਵਾਂ ਜਿਹੜੇ ਮੁੰਡਿਆਂ ਦੀ ਮੌਤ ਹੋਈ ਹੈ ਮਿੱਠੂ ਸਿੰਘ ਤੇ ਗੁਰਸੰਤ ਸਿੰਘ, ਵੀ ਦੋਨਾਂ ਦੇ ਪਰਿਵਾਰ ਦੇ ਜਿਹੜੇ ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਹਰ ਮਹੀਨੇ ਦਾ ਜਿਹੜਾ ਖਰਚਾ ਹੈ ਉਹ ਮਤਲਬ ਚੱਲਦਾ ਰਹਿ ਸਕੇ। ਠੀਕ ਹੈ ਜੀ। ਹੁਣ ਮੈਨੂੰ ਤਾਂ ਲੱਗਦਾ ਇਹ ਇਕੱਲੇ ਇਸ ਕੇਸ ਦੀ ਗੱਲ ਨਹੀਂ। ਹਾਂਜੀ। ਜੇ ਕਿਤੇ ਇਸ ਤਰ੍ਹਾਂ ਦੀ ਜਿਹੜੀ ਰਿਕਵਰੀ ਹੈ, ਦੇਖੋ ਦੋ ਤਰ੍ਹਾਂ ਦੇ, ਇੱਕ ਜਦੋਂ ਹਾਦਸੇ ਹੁੰਦੇ ਨੇ ਤਾਂ ਉਹਦਾ ਇੱਕ ਮੁਆਵਜ਼ਾ ਤਾਂ ਜਿਵੇਂ ਜਿਹੜਾ ਬੀਮਾ ਕੰਪਨੀਆਂ ਨੇ ਉਹ ਦਿੰਦੀਆਂ ਨੇ, ਜਿਹੜਾ ਉਹਦਾ ਡਰਾਈਵਰ ਹੈ ਉਹਨੂੰ ਸਜ਼ਾ ਹੁੰਦੀ ਹੈ। ਠੀਕ ਹੈ ਜੀ। ਜਿਹੜਾ ਹਾਦਸੇ ਦਾ ਦੋਸ਼ੀ ਡਰਾਈਵਰ ਹੈ ਉਹਨੂੰ ਸਜ਼ਾ ਹੁੰਦੀ ਹੈ। ਠੀਕ ਹੈ। ਮੈਨੂੰ ਲੱਗਦਾ ਵੀ ਦੇਖੋ ਘਟਨਾਵਾਂ ਵਾਪਰ ਰਹੀਆਂ ਲਗਾਤਾਰ, ਦੁਰਘਟਨਾਵਾਂ ਹਾਦਸੇ ਨੇ ਜਿਹੜੇ ਉਹ ਹੋ ਰਹੇ ਨੇ। ਠੀਕ ਹੈ ਜੀ। ਉਹਨਾਂ 'ਤੇ ਠੀਕ ਹੈ ਮੁਆਵਜ਼ੇ ਅਦਾਲਤਾਂ ਦੀ ਪ੍ਰਕਿਰਿਆ ਥੋੜ੍ਹੀ ਜਿਹੀ ਲੰਬੀ ਹੁੰਦੀ ਹੈ। ਠੀਕ ਹੈ ਜੀ। ਠੀਕ ਹੈ। ਮੁਆਵਜ਼ਾ ਕਈ ਪਰਿਵਾਰਾਂ ਨੂੰ ਯੋਗ ਮਤਲਬ ਮੁਆਵਜ਼ਾ ਮਿਲ ਜਾਂਦਾ। ਠੀਕ ਹੈ। ਠੀਕ ਹੈ। ਪਰ ਇੱਕ ਹਾਲਤ ਜ਼ਰੂਰ ਬਣੀ ਰਹਿੰਦੀ ਹੈ, ਜੇ ਕਿਤੇ ਜਿਵੇਂ ਮੁਆਵਜ਼ੇ ਦੀ ਰਾਸ਼ੀ ਹੈ ਜਿਹੜੀ ਆ ਹੁਣ ਸਰਕਾਰੀ ਬੱਸ ਵਾਲਾ ਸਿਸਟਮ ਹੈ, ਜੇ ਕਿਤੇ ਹੁਣ ਸਰਕਾਰੀ ਬੱਸ ਦਾ ਜਿਹੜਾ ਡਰਾਈਵਰ ਹੈ ਮੁਆਵਜ਼ਾ ਉਹਨੂੰ ਵੱਖਰੇ ਤੌਰ 'ਤੇ ਉਹਦੀ ਤਨਖਾਹ 'ਚੋਂ ਕੱਟਿਆ ਜਾਣ ਦਾ ਡਰ ਹੋਵੇ। ਹਾਂਜੀ ਹਾਂਜੀ। ਵੀ ਜਿਹੜਾ ਮੁਆਵਜ਼ਾ ਦੇਣਾ ਹੈ ਵੀ ਉਹ ਸਰਕਾਰੀ ਬੱਸ ਦਾ ਜਿਹੜਾ ਡਰਾਈਵਰ ਸੀ ਉਹਦੀ ਤਨਖਾਹ ਦੇ ਵਿੱਚੋਂ ਹਰ ਮਹੀਨੇ ਕੱਟ ਕੇ ਦਿੱਤਾ ਜਾਣਾ ਜਾਂ ਇਕੱਠੇ ਤੌਰ 'ਤੇ ਉਹਦੇ ਦਿੱਤਾ ਜਾਣਾ, ਮੈਨੂੰ ਲੱਗਦਾ ਉਹ 'ਤੇ ਇੱਕ ਡਰ ਰਹੇ। ਠੀਕ ਹੈ ਜੀ। ਇਹ ਨਹੀਂ ਵੀ ਫਿਰ ਉਹਨਾਂ ਦੇ ਮਨ ਦੇ ਵਿੱਚ ਐਂ ਲਾਪਰਵਾਹੀ ਨਾਲ ਬੱਸਾਂ ਚਲਾਉਣ ਦਾ ਜਿਹੜਾ ਡਰ ਹੈ ਉਹ ਉਹਨਾਂ ਦੇ ਮਨ ਦੇ ਵਿੱਚੋਂ ਹਰ ਵੇਲੇ ਬਣ ਰਹੂ ਵੀ ਯਾਰ ਇਹ ਹੁਣ ਤਾਂ ਆਮ ਕਹਿੰਦੇ ਯਾਰ ਕੋਈ ਗੱਲ ਨਹੀਂ, ਜਿਹੜਾ ਮੁਆਵਜ਼ਾ ਉਹ ਤਾਂ ਐਕਸੀਡੈਂਟ ਦੇ ਵਿੱਚ ਅੱਡ ਮਿਲ ਜਾਣਾ। ਹਾਂਜੀ ਹਾਂਜੀ। ਜਿਹਨੇ ਜਾਣ ਗਈ ਹੋਈ ਤਾਂ ਵਾਪਸ ਨਹੀਂ ਆਉਂਦੀ। ਬਿਲਕੁਲ। ਜਿਹਨੀ ਫਿਰ ਜਿਹੜੇ ਡਰਾਈਵਰ ਨੇ ਮੈਂ ਸਮਝਦਾ ਵੀ ਘੱਟੋ ਘੱਟ ਅੱਡ ਸਮਝ ਹੁੰਦੀ ਹੈ, ਮੇਰੀ ਨਿੱਜੀ ਰਾਏ ਹੈ। ਠੀਕ ਹੈ। ਵੀ ਜੇ ਕਿਤੇ ਜਿਹੜਾ ਹਾਦਸੇ ਦਾ ਡਰਾਈਵਰ ਹੈ ਜਿਵੇਂ ਸਰਕਾਰੀ ਤੌਰ 'ਤੇ ਜਿਹੜੀਆਂ ਵਹੀਕਲ ਨੇ, ਪ੍ਰਾਈਵੇਟ ਦਾ ਇੱਕ ਵੱਖਰਾ ਸਿਸਟਮ ਹੈ। ਹਾਂਜੀ। ਠੀਕ ਹੈ। ਜੇ ਕਿਤੇ ਉਹਦੇ ਤਨਖਾਹ ਦੇ ਵਿੱਚੋਂ ਕੱਟੇ ਜਾਣ ਵਾਲੀ ਇਸ ਤਰ੍ਹਾਂ ਦੀ ਸਰਕਾਰ ਕੋਈ ਫੈਸਲਾ ਕਰਦੀ ਹੈ ਜਾਂ ਕੋਈ ਸੁਪਰੀਮ ਕੋਰਟ ਹੋਰ ਕੋਰਟਾਂ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣ ਜਾਂਦਾ, ਠੀਕ ਹੈ, ਤਾਂ ਮੈਨੂੰ ਲੱਗਦਾ ਵੀ ਘੱਟੋ ਘੱਟ ਜਿਹੜੇ ਸਰਕਾਰੀ ਵਹੀਕਲ ਚਲਾਉਣ ਵਾਲੇ ਨੇ ਉਹਨਾਂ ਦੇ ਵਿੱਚ ਤਾਂ ਡਰ ਜ਼ਰੂਰ ਪੈ ਜਾਊਗਾ। ਠੀਕ ਹੈ ਜੀ। ਵੀ ਇੱਕ ਚੰਗੀ ਇਸ ਤਰ੍ਹਾਂ ਦੀ ਪਿਰਤ ਪੈ ਸਕਦੀ ਹੈ ਵੀ ਯਾਰ ਜੇ ਐਂ ਹੋ ਗਿਆ ਤਾਂ ਕਿਤੇ ਆਪਣੀ ਤਨਖਾਹ ਦੇ, ਜਾਨੀ ਹਰ ਵੇਲੇ ਹਰ ਬੰਦਾ ਜਿਹੜਾ ਉਹਨੂੰ ਆਪਦਾ ਡਰ ਰਹਿੰਦਾ। ਠੀਕ ਹੈ ਜੀ। ਦੂਜੇ ਦੀ ਚਾਹੇ ਜਾਨ ਚਲੀ ਜਾਵੇ ਉਹਨੂੰ ਕੋਈ ਚਿੰਤਾ ਨਹੀਂ। ਹਾਂਜੀ ਹਾਂਜੀ। ਨਿੱਕਾ ਜੀ, ਕਹਿੰਦੇ ਜਿਹੜਾ ਬਿਜਲੀ ਬੋਰਡ ਹੈ ਜਾਂ PPCL ਉਹਨੇ ਇੱਕ ਮੁਹਿੰਮ ਚਲਾਈ ਹੈ ਕਿ ਜਿਹੜੇ ਡਿਫਾਲਟਰ ਨੇ ਜਾਂ ਜਿਹੜੇ ਪੈਸੇ ਨਹੀਂ ਭਰ ਸਕੇ ਬੋਰਡ ਦੇ ਉਹਨਾਂ ਦੇ ਮੀਟਰ ਕੱਟ ਦਿੱਤੇ ਜਾਣ, ਅਤੇ ਲੋਕਾਂ ਨੇ ਇਹ ਵੀ ਕਹੇਗਾ ਦੂਜੇ ਪਾਸੇ ਉਹਨਾਂ ਲੋਕਾਂ ਦਾ ਪੱਖ ਹੈਗਾ ਕਿ ਕੋਵਿਡ ਟਾਈਮ ਚੱਲ ਰਿਹਾ ਸੀਗਾ, ਮੰਨ ਲਓ ਇੱਕ ਲੰਮੇ ਸਮੇਂ ਤੱਕ ਲੋਕਾਂ ਨੂੰ ਆਰਥਿਕ ਤੰਗੀ ਦੇ ਨਾਲ ਜੂਝਣਾ ਪਿਆ, ਇਹਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਇੰਸਟਾਲਮੈਂਟਸ ਕਰ ਦੇਣੀਆਂ ਚਾਹੀਦੀਆਂ ਬਿਜਲੀ ਬੋਰਡ ਨੂੰ ਮੰਨ ਲਓ, ਅਤੇ ਦੂਜੇ ਪਾਸੇ ਵੱਡੇ ਵੱਡੇ ਡਿਫਾਲਟਰ ਜਿਹੜੇ ਇੰਡਸਟਰੀਲਿਸਟ ਨੇ ਮੰਨ ਲਓ ਉਹ ਵੀ ਬੈਠੇ ਨੇ, ਅਤੇ ਸ਼ੁਰੂਆਤ ਤਾਂ ਉੱਥੋਂ ਕਰਨੀ ਚਾਹੀਦੀ ਹੈ। ਇੱਕ ਨਾਲ ਗੱਲ ਇਹ ਵੀ ਕਹਿੰਦੇ ਹੈ, ਕਹਿੰਦੇ ਇੱਕ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਨਾ ਚੈਰਿਟੀ ਬਿਗਿਨਸ ਫਰੋਮ ਹੋਮ, ਵੀ ਜਿਵੇਂ ਦਾਨ ਜੇ ਸ਼ੁਰੂ ਕਰਨਾ ਲੈਣਾ ਤਾਂ ਸਭ ਤੋਂ ਪਹਿਲਾਂ ਆਪਦੇ 10 ਰੁਪਏ ਪਾਓ। ਉਵੇਂ ਕੀ ਹੈ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਵੱਲ ਵੀ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਹੈ ਬਕਾਇਆ ਖੜਾ ਹੈਗਾ, ਪਹਿਲਾਂ ਤਾਂ ਉੱਥੋਂ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਸੀ ਆਮ ਲੋਕਾਂ 'ਤੇ ਬਾਅਦ ਦੇ ਵਿੱਚ ਗੱਲ ਕਰਨੀ। ਮੰਗਤ ਜੀ ਦੇਖੋ, ਮੈਨੂੰ ਐਂ ਮਹਿਸੂਸ ਹੁੰਦਾ ਜਿਵੇਂ ਨਾ ਸਰਕਾਰ ਨੂੰ ਆਮ ਹਰ ਇੱਕ ਬੰਦਾ ਕਹਿੰਦਾ, ਜਿਵੇਂ ਪੋਲੀਟੀਕਲ ਪਾਰਟੀਆਂ ਵੀ ਸੀ ਵਿਰੋਧੀ ਧਿਰਾਂ ਜਿਹੜੀਆਂ, ਹਾਂਜੀ ਹਾਂਜੀ, ਉਹ ਇਹ ਮੰਨਦੇ ਸੀ ਵੀ ਸਰਕਾਰ ਨੂੰ 6 ਮਹੀਨਿਆਂ ਦਾ ਸਮਾਂ ਕੰਮ ਕਰ ਲਈ 6 ਮਹੀਨਿਆਂ ਦਾ ਸਾਲ ਦਾ ਸਮਾਂ ਦਿੱਤਾ ਜਾਣਾ ਚਾਹੀਦਾ। ਠੀਕ ਹੈ ਜੀ। ਹਰ ਇੱਕ ਬੰਦੇ ਨੂੰ ਇਹ ਮਹਿਸੂਸ ਹੁੰਦਾ ਸੀ। ਹਾਂਜੀ ਹਾਂਜੀ। ਹੁਣ ਹਾਲਤਾਂ ਕੀ ਨੇ ਵੀ ਉਹ ਹਰ ਦਿਨ ਜਿਹੜਾ ਲੋਕ ਬੋਲਣ ਲਈ ਮਜਬੂਰ ਹੋ ਰਹੇ ਨੇ। ਹਾਂਜੀ ਹਾਂਜੀ। ਹੁਣ ਜਿਵੇਂ ਤੁਸੀਂ ਆ ਬਿਜਲੀ ਦੇ ਕਨੈਕਸ਼ਨ ਕੱਟੇ ਜਾਣ ਦੀ ਆਪਾਂ ਗੱਲ ਕਰਦੇ ਹਾਂ, ਹਾਂਜੀ, ਇਸੇ ਤਰ੍ਹਾਂ ਜਿਹੜਾ ਕਿਸਾਨਾਂ ਦੇ ਜਿਹੜੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਗੱਲ ਸੀ। ਹਾਂਜੀ ਹਾਂਜੀ। ਹੁਣ ਕਾਰਨ ਕੀ ਹੈ ਵੀ ਜਾਂ ਤਾਂ ਸਰਕਾਰ ਤੋਂ ਇਹ ਗੱਲ ਕੰਟਰੋਲ ਨਹੀਂ ਹੋ ਰਹੀ ਵੀ ਰੋਜ਼ ਉਹਨਾਂ ਨੂੰ ਕਿਸੇ ਨਾ ਕਿਸੇ ਮਹਿਕਮੇ ਦਾ ਲਾਂਭਾ ਮਿਲ ਜਾਂਦਾ। ਬਿਲਕੁਲ। ਹੁਣ ਸਰਕਾਰ ਨੇ ਜਿਹੜੀ ਧਿਰ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ। ਹਾਂਜੀ ਹਾਂਜੀ। ਲੋਕਾਂ ਨੂੰ ਉਮੀਦ ਵੱਜੀ ਸੀ।
ਤੇ ਹੁਣ ਅਮੀਦਾ ਕੋਸਤਾ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਿਆਂ ਦੀ ਮਾਫੀ ਦੀ ਗੱਲ ਕੀਤੀ ਸੀ, ਉਹ ਮਾਫੀ ਹੋਈ ਨਹੀਂ, ਉਹਦੇ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸੀ ਉਹ ਡਿਫਾਲਟਰ ਹੋ ਗਏ, ਬਿਲਕੁਲ ਠੀਕ ਹੈ, ਹੁਣ ਪੈ ਉਹ ਭਰ ਨਾ ਸਕੇ ਜਿਹੜਾ ਉਹਦਾ ਕਰਜ਼ੇ ਦੀ ਜੇ ਕਹਿੰਦੀ ਆ ਜਿਵੇਂ ਕਹਿੰਦੇ ਮੁੱਛਾਂ ਨਾਲੋਂ ਦਾੜੀ ਨਾਲੋਂ ਮੁੱਛਾਂ ਬਣ ਗਈਆਂ, ਹਾਂਜੀ ਹਾਂਜੀ, ਉਹ ਸਥਿਤੀ ਜਿਹੜੀ ਬਣ ਗਈ, ਜਾਨੀ ਕਈ ਲੋਕਾਂ ਦਾ ਜਿਹੜਾ ਲਿਆ ਹੋਇਆ ਕਰਜ਼ਾ ਸੀ ਉਹ ਵਿਆਜ ਪਿਆ ਵਿਆਜ ਹੈ ਜਿਹੜਾ ਉਹਦੇ ਨਾਲ ਹੋਰ ਦੂਣਾ ਚੌਣਾ ਹੋ ਗਿਆ, ਹਾਂਜੀ ਠੀਕ ਹੈ। ਉਸੇ ਤਰ੍ਹਾਂ ਜਿਹੜੇ ਹੁਣ ਅਸੀਂ ਜਿਹੜੇ ਆਪਾਂ ਬਿਜਲੀ ਬੋਰਡ ਦੇ ਡਿਫਾਲਟਰਾਂ ਦੀ ਗੱਲ ਕਰਦੇ ਹਾਂ, ਪਾਵਰਕੌਮ ਦੇ, ਹਾਂਜੀ, ਹੁਣ ਜਿਹੜੇ ਲੋਕਾਂ ਦਾ ਇਹ ਬਕਾਏ ਮਾਫ਼ ਕਰਨ ਦੀ ਗੱਲ ਚੱਲਦੀ ਸੀ, ਕੇਜਰੀਵਾਲ ਸਾਹਿਬ ਨੇ ਵੀ ਮਾਫ਼ ਕਰਨ ਦੀ ਗੱਲ ਕੀਤੀ ਸੀ, ਬਿਲਕੁਲ ਬਿਲਕੁਲ, ਭਗਵੰਤ ਮਾਨ ਨੇ ਵੀ ਕਿਹਾ ਸੀ ਵੀ ਸਾਡੀ ਸਰਕਾਰ ਦੇ ਦੌਰਾਨ ਜੇ ਸਾਡੀ ਸਰਕਾਰ ਬਣਾਉਣੇ ਹੋ ਤਾਂ ਅਸੀਂ ਜਿਹੜੇ ਪਿਛਲੇ ਬਕਾਏ ਨੇ ਉਹ ਮਾਫ਼ ਕਰਾਂਗੇ, ਠੀਕ ਹੈ। ਹੁਣ ਜੇ ਪਿਛਲੇ ਬਕਾਇਆਂ ਦੇ ਅੱਜ ਉਹ ਤੋਂ ਬਿਲਕੁਲ ਉਲਟ, ਹਾਂਜੀ, ਜਾਨੀ ਮਾਫ਼ੀ ਦੇ ਕੇ ਰਾਹਤ ਦੇਣ ਦੀ ਬਜਾਏ ਜੇ ਬਕਾਏ ਨਾ ਦੇਣ ਵਾਲਿਆਂ ਦੇ ਜਿਹੜੀ ਜਿਹੜੇ ਡਿਫਾਲਟਰ ਸ਼ਬਦ ਕਹੀਏ ਆਪਾਂ, ਹਾਂਜੀ, ਉਹਦਾ ਸ਼ੋਭਾ ਘੱਟ ਦਿੰਦਾ ਵੀ ਜਿਹੜੇ ਲੋਕ ਭਰ ਨਹੀਂ ਸਕੇ, ਭਰ ਨਹੀਂ ਸਕੇ, ਕਿਉਂ ਕੋਈ ਸ਼ੌਂਕ ਨਹੀਂ ਕਿਸੇ ਦਾ ਹੈ, ਹਾਂਜੀ, ਅਮੀਰਾਂ ਦਾ ਸ਼ੌਂਕ ਤਾਂ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਵੱਡੇ ਵੱਡੇ ਇੰਡਸਟਰੀਅਲਿਸਟ ਨੇ, ਹੋਰ ਲੋਕ ਨੇ, ਸਰਕਾਰੀ ਵਿਭਾਗ ਨੇ, ਹਾਂਜੀ, ਉਹ ਤਾਂ ਨਹੀਂ ਇਸ ਪਾਸੇ ਦਾ ਧਿਆਨ ਦਿੰਦੇ, ਠੀਕ ਹੈ, ਪਰ ਜਿਹੜੇ ਆਮ ਲੋਕ ਹੈ ਜਿਹਦੀ ਜੇਬ 'ਚ ਪੈਸੇ ਹੁੰਦੇ ਨੇ, ਮੈਨੂੰ ਲੱਗਦਾ ਉਹ ਡਿਫਾਲਟਰ ਹੋਣਾ ਹੀ ਨਹੀਂ ਚਾਹੁੰਦਾ, ਬਿਲਕੁਲ ਬਿਲਕੁਲ, ਠੀਕ ਹੈ, ਆਪਦੇ ਆਪ 'ਚ ਡਿਫਾਲਟਰ ਸ਼ਬਦ ਹੈ ਜਿਹੜਾ, ਹਾਂਜੀ, ਉਹ ਨਹੀਂ ਮਤਲਬ ਸ਼ੋਭਾ ਨਹੀਂ ਦਿੰਦਾ, ਠੀਕ ਹੈ। ਹੁਣ ਜਿਹੜੇ ਲੋਕ ਆਰਥਿਕ ਤੰਗੀਆਂ ਦੋਸ਼ੀਆਂ ਦੇ ਕਾਰਨ ਆਪਦੇ ਜਿਹੜੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਰੋਨਾ ਕਾਲ ਜਿਹੜਾ ਚੱਲਿਆ ਉਹਦੇ 'ਚ ਲੋਕ ਜਿਹੜੇ ਆਰਥਿਕਤਾ ਦੇ ਝੰਬੇ, ਮਾੜੀ ਆਰਥਿਕਤਾ ਦੇ ਮੰਦਹਾਲੀ ਦੇ ਝੰਬੇ ਹੋਏ ਲੋਕ ਨੇ, ਜੇ ਉਹਨਾਂ ਦੇ ਬਕਾਏ ਰਹਿੰਦੇ ਨੇ ਤਾਂ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਕੋਈ ਰਾਹਤ ਦੇਣ ਲਈ ਕੋਸ਼ਿਸ਼ ਕਰਨੀ ਚਾਹੀਦੀ ਸੀ। ਜੇ ਰਾਹਤ ਨਹੀਂ ਪੂਰੇ ਕਰਜ਼ਿਆਂ ਮਤਲਬ ਜਿਹੜੇ ਬਕਾਏ ਨੇ ਉਹਨਾਂ ਦੀ ਰਾਹਤ ਨਹੀਂ ਦਿੰਦੇ, ਘੱਟੋ ਘੱਟ ਪਲਾਸ ਲੈ ਕੇ ਉਹਨਾਂ ਦੇ ਕੱਟਣ ਤਾਂ ਨਾ ਭੇਜਣ, ਬਿਲਕੁਲ ਬਿਲਕੁਲ, ਉਹਨਾਂ ਦੀਆਂ ਕਿਸ਼ਤਾਂ ਕੀਤੀਆਂ ਜਾ ਸਕਦੀਆਂ ਨੇ, ਹਾਂਜੀ, ਸਰਕਾਰ ਕੋਲ ਇਸ ਤਰ੍ਹਾਂ ਦੇ 20 ਤਰੀਕੇ ਨੇ, ਬਿਲਕੁਲ ਬਿਲਕੁਲ, ਪਰ ਜੇ ਹੁਣ ਸਰਕਾਰ ਮੈਨੂੰ ਲੱਗਦਾ ਵੀ ਜੇ ਨਿਰਦਈ ਬਣੇ ਤੇ ਉਤਰੇ ਆਵੇ, ਹਾਂਜੀ, ਤੇ ਫਿਰ ਤਾਂ ਲੋਕਾਂ ਨੂੰ 6 ਮਹੀਨਿਆਂ ਤੱਕ ਕਿਹਨੇ ਡੀਕਣਾ, ਹਾਂਜੀ ਹਾਂਜੀ, ਤੇ ਫਿਰ ਤਾਂ ਲੋਕ ਜੇ ਸਮੱਸਿਆ ਤਾਂ ਅੱਜ ਖੜੀ ਹੋ ਗਈ, ਬਿਲਕੁਲ, ਹੁਣ ਜੇ ਆਪਾਂ ਕਹੀਏ 6 ਮਹੀਨੇ ਵੇਟ ਕਰ ਲਓ ਫਿਰ ਉਹ ਲੋਕ ਜਿਨ੍ਹਾਂ ਦੇ ਕਨੈਕਸ਼ਨ ਕੱਟ ਦਿੱਤੇ ਗਏ ਫਿਰ ਉਹ ਹਨੇਰੇ ਦੇ ਵਿੱਚ ਜੀਵਨ ਆਪਦਾ ਕੱਢਣਗੇ, ਬਿਲਕੁਲ ਬਿਲਕੁਲ। ਨਿੱਕਾ ਜੀ, ਮੈਂ ਤੁਸੀਂ ਕਰਜ਼ਾ ਹੀ ਕਿਸਾਨਾਂ ਦੀ ਗੱਲ ਕੀਤੀ ਸੀਗੀ ਤਾਂ ਹਰਪਾਲ ਚੀਮਾ ਹੋਰਾਂ ਨੇ ਕਿਹਾ, ਕਹਿੰਦੇ ਜੀ ਜਿਹੜੇ ਬਰੰਟ ਨੇ ਤਾਂ ਕਾਂਗਰਸ ਸਰਕਾਰ ਵੇਲੇ ਦੇ ਕੱਢੇ ਹੋਏ ਸੀਗੇ, ਕੋਈ ਗੱਲ ਨਹੀਂ, ਮੈਂ ਦੇਖ ਦਿਆਂਗਾ ਵੀ ਕੀ ਹੋ ਸਕਦਾ ਹੈਗਾ। ਕਹਿੰਦਾ ਮਤਲਬ ਕੀ ਹੈ ਕਿ ਸਰਕਾਰ ਤੋਂ ਬਿਨਾਂ ਪੁੱਛੇ ਹੀ ਮੰਨ ਲਓ ਬਰੰਟ ਭੇਜੇ ਜਾ ਰਹੇ ਹੈ ਕਿਸਾਨਾਂ ਨੂੰ। ਅਸਲ ਦੇ ਵਿੱਚ ਨਾ ਕੀ ਹੈ ਜੀ, ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਜਾਂ ਤਾਂ ਦੇਖੋ ਜਿਹੜੇ ਨਵੀਂ ਸਰਕਾਰ ਬਣੀ ਹੈ, ਹਾਂਜੀ ਹਾਂ, ਇਹਨਾਂ ਨੂੰ ਜਿਹੜੇ ਮੁਲਾਜ਼ਮ ਨੇ, ਕਈ ਵਾਰੀ ਨਾ ਜਿਵੇਂ ਆਮ ਆਪਾਂ ਘਰਾਂ 'ਚ ਦੇਖਦੇ ਹਾਂ, ਮੈਂ ਮਤਲਬ ਕੋਈ ਇਹ ਨਹੀਂ ਵੀ ਔਰਤ ਜਾਤੀ ਦੇ ਖਿਲਾਫ ਦੀ ਕੋਈ ਗੱਲ ਕਰਦਾ, ਆਮ ਤੌਰ 'ਤੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਦੇਖਣ ਨੂੰ ਮਿਲਦਾ ਜਦੋਂ ਮਤਲਬ ਘਰ ਵਾਲੀ ਕਿਸੇ ਦੀ ਥੋੜ੍ਹੀ ਜਿਹੀ ਦੁਖੀ ਹੋਵੇ, ਹਾਂਜੀ, ਆਪ ਉਹ ਨਾ ਤਾਂ ਆਪਦੀ ਸੱਸ ਨੂੰ ਕੁਛ ਕਹਿ ਸਕਦੀ ਹੈ, ਠੀਕ ਹੈ ਜੀ, ਅਤੇ ਨਾ ਆਪਦੇ ਘਰ ਵਾਲੇ ਨੂੰ ਕੁਛ ਕਹਿ ਸਕਦੀ ਹੈ, ਫਿਰ ਜਵਾਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ, ਠੀਕ ਹੈ। ਮੈਨੂੰ ਐਂ ਲੱਗਦਾ ਜਿਹੜੇ ਮੁਲਾਜ਼ਮ ਨੇ ਵੱਖ ਵੱਖ ਵਿਭਾਗਾਂ ਦੇ ਉਹਨਾਂ ਦੀ ਹਾਲਤ ਇਹ ਹੋ ਗਈ ਜੋ ਸਰਕਾਰ ਨੇ ਭ੍ਰਿਸ਼ਟਾਚਾਰ ਵਾਲੇ ਮਾਮਲੇ 'ਤੇ ਉਹਨਾਂ ਦੀ ਸੰਘੀ 'ਤੇ ਅੰਗੂਠਾ ਧਰਤਾ, ਠੀਕ ਹੈ, ਉਹਨਾਂ ਦੇ ਗੱਲ 'ਤੇ ਅੰਗੂਠਾ ਧਰ ਲਿਆ, ਬਿਲਕੁਲ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਲੱਗਦਾ ਵੀ ਉਹ ਦੁਖੀ ਹੋਏ ਹੋਏ ਵਿਚਾਰੇ, ਠੀਕ ਹੈ, ਫਿਰ ਉਹ ਜਿਵੇਂ ਜਨਾਨੀਆਂ ਜਵਾਕ ਕੁੱਟਣ ਲੱਗ ਜਾਂਦੀਆਂ, ਹਾਂਜੀ, ਵੀ ਉਵੇਂ ਉਹਨਾਂ ਨੇ ਮੈਨੂੰ ਲੱਗਦਾ ਤਰੀਕਾ ਐਂ ਮੰਨ ਲਿਆ ਵੀ ਫਿਰ ਆਪਾਂ ਸਰਕਾਰ ਦੇ ਸਿਰ ਲਾਂਭਾ ਦਵਾਉਣਾ ਸ਼ੁਰੂ ਕਰਦੇ, ਰੋਜ਼ ਨਿੱਤ ਨਵਾਂ ਲਾਂਭਾ ਆਉਣ ਲੱਗ ਜਾਏ, ਕਿਸਾਨ ਯੂਨੀਅਨਾਂ ਨੂੰ ਇਹਨਾਂ ਦੇ ਬਾਰੇ 'ਚ ਬਿਠਾ ਦਿਓ, ਕਿਸਾਨ ਯੂਨੀਅਨ ਜਿਹੜੇ ਜਿਹੜੇ ਦੇਖੋ ਦੁਖੀ ਵਰਗ ਨੇ, ਹਾਂਜੀ ਹਾਂ, ਉਹ ਉਮੀਦ ਤਾਂ ਇਹ ਸੀ ਵੀ ਯਾਰ ਬਦਲਾਓ ਹੋਇਆ ਉਹ ਬਦਲਾਓ ਨਾਲ ਕੁਛ ਚੰਗਾ ਫੀਲ ਕਰਨਗੇ, ਉਹਨਾਂ ਨੂੰ ਰਾਹਤ ਮਿਲਣੀ ਹੈ, ਠੀਕ ਹੈ, ਹੁਣ ਜੇ ਰਾਹਤ ਦੀ ਬਜਾਏ ਹੁਣ ਚਾਹੇ ਬੇਸ਼ੱਕ ਲੱਖ ਚੀਮਾ ਸਾਹਿਬ ਕਹੀ ਜਾਣ, ਹਾਂਜੀ ਹਾਂ, ਇਹ ਗੱਲ ਸੱਚ ਵੀ ਹੋ ਸਕਦੀ ਹੈ, ਠੀਕ ਹੈ, ਵੀ ਇਹ ਪਿਛਲੀ ਸਰਕਾਰ ਵੇਲੇ ਦੇ ਵੀ ਹੁਣ ਜਿਹੜੇ ਆਏ ਨੇ ਤਾਂ ਉਹ ਤੁਹਾਡੇ ਵੇਲੇ ਆਏ ਨੇ, ਬਿਲਕੁਲ, ਇਹਨੂੰ ਰੋਕਣਾ ਤਾਂ ਜ਼ਿੰਮੇਵਾਰੀ ਤੁਹਾਡੀ ਹੈ ਨਾ, ਹਾਂਜੀ ਹਾਂਜੀ, ਵੀ ਜੇ ਆਪਾਂ ਰਾਹਤ ਨਹੀਂ ਦੇ ਸਕਦੇ ਘੱਟੋ ਘੱਟ ਹੱਥ ਕੜੀਆਂ ਲੈ ਕੇ ਨਾਲ ਤਾਂ ਨਾ ਭੇਜੀਏ, ਬਿਲਕੁਲ ਬਿਲਕੁਲ ਬਿਲਕੁਲ। ਨਿੱਕਾ ਜੀ, ਆਏ ਇਹਨਾਂ ਦੇ ਮਾਲ ਮੰਤਰੀ ਨੇ ਮਿਸਟਰ ਜਿੰਪਾ, ਕਹਿੰਦੇ ਉਹ ਅੱਜ ਮੋਗੇ ਇੱਕ ਕੰਪਲੇਂਟ ਆਈ ਸੀਗੀ ਉਹਨਾਂ ਕੋਲ ਅਤੇ ਕੰਪਲੇਂਟਰ ਨੂੰ ਲੈ ਕੇ ਅਤੇ ਮੀਡੀਆ ਨੂੰ ਲੈ ਕੇ ਉਸ ਮਾਲ ਅਫਸਰ ਦੇ ਕੋਲ ਪਹੁੰਚ ਗਏ ਅਤੇ ਮਾਲ ਅਫਸਰ ਨੇ ਅਤੇ ਸਮੁੱਚੇ ਮਾਲ ਅਫਸਰਾਂ ਨੇ ਪੰਜਾਬ ਦਿਆਂ ਨੇ ਇਹ ਇੱਕ ਤਰ੍ਹਾਂ ਦੀ ਵਾਰਨਿੰਗ ਕਹਿ ਲਓ ਕਿ ਜੇ ਸਾਨੂੰ ਇਸ ਤਰ੍ਹਾਂ ਹੀ ਤੰਗ ਕਰਦੇ ਰਹੇ ਤਾਂ ਮੰਨ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਟ੍ਰਾਈਕ 'ਤੇ ਵੀ ਜਾ ਸਕਦੇ। ਦੇਖੋ ਗੱਲ ਮੈਂ ਜਿਹੜੀ ਪਹਿਲਾਂ ਕਹਿ ਕੇ ਡਿਆ ਗੱਲ ਉਹਦੇ ਨਾਲ ਮੈਚ ਕਰਦੀ ਹੋਈ ਹੈ, ਇੱਕ ਤਾਂ ਦੇਖੋ ਮਤਲਬ ਮੈਂ ਇਹ ਤਾਂ ਨਹੀਂ ਕਹਿ ਸਕਦਾ ਜਿਵੇਂ ਬਾਕੀ ਪਾਰਟੀਆਂ ਵਾਲੇ ਉਹਨਾਂ ਨੂੰ ਅਨਾੜੀ ਕਹਿੰਦੇ ਨੇ, ਹਾਂਜੀ ਹਾਂ, ਅਨਾੜੀ ਤਾਂ ਐਂ ਵੀ ਜਿਹੜੇ ਇਦੂ ਪਹਿਲਾਂ ਬਣੇ ਸੀ, ਹਾਂਜੀ, ਉਹ ਕਿਹੜਾ ਪਹਿਲਾਂ ਮਾਂ ਦੇ ਪੇਟ ਦੇ ਵਿੱਚੋਂ ਸਾਰਾ ਕੁਛ ਸਿੱਖ ਕੇ ਆਏ ਸੀ, ਬਿਲਕੁਲ ਬਿਲਕੁਲ, ਠੀਕ ਹੈ, ਅਨਾੜੀ ਅਫਸਰਸ਼ਾਹੀ ਤਾਂ ਨਹੀਂ, ਬਿਲਕੁਲ, ਠੀਕ ਹੈ, ਪਰ ਇਹ ਹੈ ਵੀ ਜਿਹੜਾ ਕੁਇਕ ਐਕਸ਼ਨ ਹੈ, ਹਾਂਜੀ ਹਾਂ, ਜੇ ਮੰਨ ਲਓ ਕੰਪਲੇਨ ਭਾਵੇਂ ਉਹ ਅਧਿਕਾਰੀਆਂ ਦਾ ਇਹ ਕਹਿਣਾ
ਵੀ ਕੋਈ ਡਿਪਟੀ ਕਮਿਸ਼ਨਰ ਜਾਂ ਹੋਰ ਕੋਈ ਬੁਲਾਵੇ, ਕਿਉਂ ਨਾ ਤਾਂ ਉਹ ਲੋਕਾਂ ਨੂੰ ਸ਼ਿਕਾਇਤ ਦਾ ਮੌਕਾ ਮਿਲਦਾ ਤਾਂ ਉਦੋਂ ਹੈ ਨਾ ਜਦੋਂ ਉਹਨਾਂ ਦੇ ਗਲ ਦੇ ਵਿੱਚ ਤੰਦੀ ਫਸ ਜਾਂਦੀ ਹੈ। ਹਾਂਜੀ ਹਾਂਜੀ, ਜਦੋਂ ਕੰਮ ਨਹੀਂ ਹੁੰਦਾ ਬਿਲਕੁਲ ਜਾਂ ਪੈਸੇ ਮੰਗ ਲਏ ਜਾਂਦੇ, ਸਮੱਸਿਆ ਤਾਂ ਉੱਥੇ ਹੀ ਖੜੀ ਹੁੰਦੀ ਹੈ। ਹਾਂਜੀ ਹਾਂਜੀ, ਹੁਣ ਉਹ ਜੇ ਸੱਚੀ ਵਿੱਚ ਉਹ ਐਂ ਸੰਗ ਮੰਨਦੇ ਨੇ ਵੀ ਮੀਡੀਆ ਦੇ ਸਾਹਮਣੇ ਸਾਡੀ ਬੇਇੱਜ਼ਤੀ ਨਾ ਹੋਵੇ, ਹਾਂਜੀ ਤੇ ਬੇਇੱਜ਼ਤੀ ਵਾਲਾ ਕੰਮ ਹੀ ਨਾ ਕਰਨ, ਠੀਕ ਹੈ ਜੀ। ਮੈਨੂੰ ਤਾਂ ਇਹ ਜ਼ਿਆਦਾ ਠੀਕ ਲੱਗਦਾ ਬਿਲਕੁਲ, ਵੀ ਜਿਹੜਾ ਕਿਸੇ ਨੂੰ ਲਾਂਭਾ ਦੇਣ ਦਾ ਮੌਕਾ ਮਿਲ ਜੇ, ਹਾਂਜੀ ਉਹ ਕੰਮ ਦੀ ਬੇਇੱਜ਼ਤੀ ਮੰਨਣੀ ਚਾਹੀਦੀ ਹੈ ਬਿਲਕੁਲ ਬਿਲਕੁਲ। ਵੀ ਯਾਰ ਮੇਰੇ ਖਿਲਾਫ ਜੇ ਕੰਪਲੇਂਟ ਹੁੰਦੀ ਹੈ ਮੇਰੇ ਲਈ ਸ਼ਰਮ ਵਾਲੀ ਗੱਲ, ਹਾਂਜੀ ਹਾਂਜੀ, ਠੀਕ ਹੈ ਵੀ ਇਸ ਕਰਕੇ ਮੈਨੂੰ ਜਿਹੜੀਆਂ ਸੇਵਾਵਾਂ ਨੇ ਉਹ ਵਧੀਆ ਢੰਗ ਨਾਲ ਦੇਣੀਆਂ ਚਾਹੀਦੀਆਂ ਬਿਲਕੁਲ। ਹੁਣ ਇਹ ਕਹਿ ਦੇਣਾ ਵੀ ਦੇਖੋ ਜੀ ਮੀਡੀਆ ਟ੍ਰਾਇਲ ਨਹੀਂ ਹੋਣਾ ਚਾਹੀਦਾ, ਹਾਂਜੀ ਹਾਂ, ਇਹ ਵੀ ਗੱਲ ਠੀਕ ਨਹੀਂ। ਪਰ ਦੂਜੇ ਪਾਸੇ ਮੈਂ ਇਹ ਵੀ ਦੇਖਦਾ ਜੇ ਹੁਣ ਜਿੰਪਾ ਸਾਹਿਬ ਉੱਥੇ ਮੰਤਰੀ ਸਾਹਿਬ ਚਲੇ ਗਏ ਉਦੋਂ ਤਾਂ ਉਹ ਮੀਡੀਆ ਦਾ ਸਹਾਰਾ ਲੈਂਦੇ ਨੇ, ਠੀਕ ਹੈ ਜੀ, ਤੇ ਉਹ ਜਿਹੜੇ ਸਰਕਾਰ ਦੇ ਮੰਤਰੀ ਆ ਉਹ ਮੀਡੀਆ ਤੋਂ ਖੁਦ ਭੱਜੀ ਜਾਂਦੇ ਨੇ, ਠੀਕ ਹੈ ਜੀ, ਵੀ ਜੇ ਮੀਡੀਆ ਐਡਾ ਹੀ ਉਹਨਾਂ ਨੂੰ ਲੱਗਦਾ ਵੀ ਮੀਡੀਆ ਦੀ ਜ਼ਰੂਰਤ ਹੈ, ਹਾਂਜੀ ਹਾਂ, ਵੀ ਜਿੱਥੇ ਤਾਂ ਉਹਨਾਂ ਦੀ ਲੋੜ ਹੈ, ਹਾਂਜੀ ਹਾਂ, ਉੱਥੇ ਤਾਂ ਉਹਨਾਂ ਨੂੰ ਉੱਥੇ ਤਾਂ ਉਹਨਾਂ ਨੂੰ ਬੁਲਾਇਆ ਨਹੀਂ, ਮੈਂ ਬੁਲਾਇਆ ਜਾਂਦਾ ਸ਼ਬਦ ਨਹੀਂ ਪਤਾ, ਮੈਂ ਵਰਤਿਆ ਜਾਂਦਾ ਸ਼ਬਦ, ਠੀਕ ਹੈ, ਵੀ ਜਿੱਥੇ ਤਾਂ ਉਹਨਾਂ ਦੀ ਲੋੜ ਹੈ ਉਹਨਾਂ ਦੇ ਫਾਇਦੇ 'ਚ ਗੱਲ ਹੋਣੀ ਹੈ, ਠੀਕ ਹੈ, ਉੱਥੇ ਤਾਂ ਮੀਡੀਆ ਨੂੰ ਵਰਤਿਆ ਜਾਂਦਾ, ਠੀਕ ਹੈ ਜੀ, ਵੀ ਤਾਂ ਕਿ ਸਾਡੀ ਗੱਲ ਜਿਹੜੀ ਅਸੀਂ ਕਾਰਵਾਈ ਪਾ ਰਹੇ ਹਾਂ ਇਹ ਸਰਕਾਰ 'ਚ ਆਵੇ, ਠੀਕ ਹੈ, ਤੇ ਜਦੋਂ ਮੀਡੀਆ ਦੇ ਕੋਲੇ ਜਾਣ ਦੀ ਲੋੜ ਹੈ ਵੀ ਮੀਡੀਆ ਤੁਹਾਨੂੰ ਕੋਈ ਪੁੱਛਣਾ ਚਾਹੁੰਦਾ, ਠੀਕ ਹੈ, ਜਵਾਬਦੇਹੀ ਇਹ ਥੋੜਾ ਵੀ ਜੇ ਮੰਤਰੀ ਜਾਂ ਮੁੱਖ ਮੰਤਰੀ ਬਣ ਗਿਆ, ਹਾਂਜੀ, ਜਾਂ ਉਹਨਾਂ ਦੇ ਵਿਧਾਇਕ ਹੋ ਗਏ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ, ਹਾਂਜੀ, ਜਵਾਬਦੇਹੀ ਤਾਂ ਉਹਨਾਂ ਦੀ ਹੋਣੀ ਚਾਹੀਦੀ ਹੈ ਬਿਲਕੁਲ। ਹੁਣ ਜਿਹੜਾ ਮੀਡੀਆ ਹੈ ਵੀ ਉੱਥੇ ਵੀ ਤਾਂ ਮਾੜਾ ਜਿਹਾ ਖੁੱਲ੍ਹ ਦਿਲੀ ਦਿਖਾਉਣ ਨਾ, ਬਿਲਕੁਲ, ਜੇ ਉਹ ਅਫਸਰਾਂ ਨੂੰ ਕਹਿੰਦੇ ਨੇ ਦੇਖੋ ਜੀ ਇਹ ਵਾਜਬ ਹੈ ਗੱਲ, ਹਾਂਜੀ, ਮੀਡੀਆ ਨੂੰ ਲੈ ਕੇ ਆਉਣਾ ਵਾਜਬ ਹੈ, ਵੀ ਫਿਰ ਤੁਹਾਡਾ ਵੀ ਤਾਂ ਮੀਡੀਆ ਦੇ ਸਾਹਮਣੇ ਜਾਣਾ ਵਾਜਬ ਹੈ ਨਾ, ਬਿਲਕੁਲ ਬਿਲਕੁਲ, ਜੇ ਮੀਡੀਆ ਤੋਂ ਤੁਸੀਂ ਮੀਡੀਆ ਤੋਂ ਟਾਲ ਪੱਟਦੇ ਹੋ, ਹਾਂਜੀ, ਅਸਲ ਦੇ ਵਿੱਚ ਕੀ ਹੈ ਕਹਿੰਦੇ ਜਵਾਬਦੇਹੀ ਤੋਂ ਉਹ ਬੰਦਾ ਟਲਦਾ ਜਿਹਦੇ ਕੋਲ ਜਵਾਬ ਹੋਵੇ ਕੋਈ ਨਾ, ਠੀਕ ਹੈ ਜੀ, ਬਿਲਕੁਲ, ਅਸਲ ਗੱਲ ਇਹ ਹੈ, ਹਾਂਜੀ ਹਾਂਜੀ, ਹੁਣ ਚਾਹੇ ਤਾਂ ਉਹ ਅਧਿਕਾਰੀ ਹੋ ਸਕਦੇ ਨੇ, ਹਾਂਜੀ, ਚਾਹੇ ਉਹ ਮੰਤਰੀ ਹੋ ਸਕਦੇ ਨੇ, ਚਾਹੇ ਵੱਡੇ ਕੋਈ ਕਰਮਚਾਰੀ ਅਧਿਕਾਰੀ ਹੋ ਸਕਦੇ ਨੇ, ਉਹ ਸਾਰੇ ਉਦੋਂ ਮੀਡੀਆ ਤੋਂ ਟਲਦੇ ਨੇ, ਹਾਂਜੀ ਹਾਂ, ਨਹੀਂ ਤਾਂ ਵੱਜਦੇ ਵੱਜੇ ਅਫਸਰ ਕਿਹੜਾ ਬੁਲਾਉਂਦੇ ਨੇ, ਹਾਂਜੀ, ਜਿਹੜੀ ਉਹਨਾਂ ਦੇ ਹੱਕ ਦੀ ਗੱਲ ਹੈ ਉਹਨੂੰ ਤਾਂ ਉਹ ਵੀ ਬੜੀਆਂ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਦੱਸਣਾ ਚਾਹੁੰਦੇ ਨੇ, ਹਾਂਜੀ, ਉਦੋਂ ਤਾਂ ਮੀਡੀਆ ਦੀ ਉਹਨਾਂ ਨੂੰ ਲੋੜ ਹੈ, ਬਿਲਕੁਲ, ਠੀਕ ਹੈ, ਜਿਹੜੀ ਆਪਦੀ ਲੋੜ ਵੇਲੇ ਤਾਂ ਉਹ ਮੀਡੀਆ ਦੀ ਵਰਤੋਂ ਕਰਦੇ ਨੇ, ਠੀਕ ਹੈ ਜੀ, ਤੇ ਨਹੀਂ ਫਿਰ ਉਹ ਮੀਡੀਆ ਤੋਂ ਪਾਸਾ ਵੱਟਦੇ ਆ ਤਾਂ ਕਿ ਵੀ ਕਿਤੇ ਲੋਕਾਂ ਵਾਲੀ ਗੱਲ ਹੈ ਜਿਹੜੀ ਜਿਹੜੀ ਲੋਕ ਪੁੱਛਣਾ ਚਾਹੁੰਦੇ, ਮੀਡੀਆ ਨੇ ਤਾਂ ਉਹੀ ਗੱਲ ਪੁੱਛਣੀ ਹੈ, ਹਾਂਜੀ ਹਾਂਜੀ, ਵੀ ਉਹ ਲੋਕਾਂ ਵਾਲੀ ਗੱਲ ਤਾਂ ਨਾ ਸਾਨੂੰ ਜਵਾਬਦੇਹੀ ਬਣੇ, ਜਿਹੜੀ ਹਰ ਇੱਕ ਆਪਦੀ ਜਵਾਬਦੇਹੀ ਤੋਂ ਭੱਜਦਾ ਬੱਲੇ ਬੱਲੇ ਲਈ ਹੋ ਤੁਰੇ, ਠੀਕ ਹੈ ਜੀ। ਦੋਸਤੋ ਅੱਜ ਟ੍ਰਾਈਡੈਂਟ ਗਰੁੱਪ ਵੱਲੋਂ ਇੱਕ ਕਲਚਰਲ ਨਾਈਟ ਦਾ ਔਰਗੇਨਾਈਜ਼ ਕੀਤੀ ਜਾ ਰਹੀ ਹੈ ਅਤੇ ਜਿਸ ਦੇ ਵਿੱਚ ਕਾਫੀ ਹਰਮਨ ਪਿਆਰੇ ਗਾਇਕ ਪਹੁੰਚ ਰਹੇ ਨੇ, ਇਸ ਉਮੀਦ ਦੇ ਨਾਲ ਕਿ ਬਰਨਾਲਾ ਵਾਸੀ ਉਸ ਦਾ ਆਨੰਦ ਉਠਾਉਣਗੇ। ਤੁਹਾਡੇ ਤੋਂ ਵਿਦਾ ਲੈਂਦੇ ਹਾਂ, ਨਮਸਕਾਰ।